क्योंकि शाह मरदा अली शाह मरदा शाह मरदा शाह मरदा अली शाह मरदा अली शाह मरदा अली शाह मरदा शाह ਮਹਾਰਾਜ
ਇਸੀ ਨਾਮ ਸੇ ਬਰਕਤ ਤੇਰੀ ਰਾਤਾ ਜੀਤ ਕੋ ਪਾਟੋ ਦੀਦਾਰ ਹੈ ਐ ਮਾਤਾ ਸਾਹਿਬ ਨੂੰ ਪਿਆਰ ਕਰਦੇ ਮੌਲਾ ਦੀ ਸਰਕਾਰ ਨੂੰ ਜਿਹੜਾ ਹੱਥ ਉੱਪਰ ਨੂੰ ਕਰਕੇ ਤਾਲੀ ਮਾਰ ਕੇ ਮੁਹੰਮਦ ਮੁਸਤਫਾ ਨੇ ਫਰਮਾਇਆ ਅਗਰ ਮੈਂ ਈਸ਼ਾ ਦੀ ਨਮਾਜ਼ ਪੜ੍ਹਦਾ ਹੁੰਦਾ ਤੇ ਮੇਰੀ ਮਾਂ ਆਵਾਜ਼ ਮਾਰੇ ਮੈਂ ਨਮਾਜ਼ ਛੱਡ ਕੇ ਵੀ ਚਲਦਾ ਮੈਨੂੰ ਦੱਸ ਕੀ ਮੁੱਲ ਲੈਣਾ ਹੈ? ਓਹੋ ਤੋਬਾ ਤੋਬਾ, ਇਹ ਸਰਕਾਰ ਦੇ ਘਰ ਦਾ ਮੁੱਲ ਬੜਾ ਮਹਿੰਗਾ ਮੁੱਲ। ਇਹੋ ਜਿਹੀ ਮਹਿਫਲ ਵਿੱਚ ਸਭ ਤੋਂ ਪਹਿਲੇ ਬਹਿਣਾ ਹੀ ਬਹੁਤ ਔਖਾ। ਫਕੀਰ ਦੀ ਮਹਿਫਲ ਹੋਵੇ ਅਦਬ ਜ਼ਰੂਰੀ ਹੈ। ਮੇਲਾ ਕਰਾਉਣ ਵਾਲੇ ਨੂੰ ਸਾਲ ਲੱਗ ਜਾਂਦਾ ਮੇਲੇ ਦੀ ਉਡੀਕ ਕਰਦੇ ਆ, ਤੇ ਮੇਰੇ ਵਰਗਿਆਂ ਤੋਂ ਦੋ ਘੰਟੇ ਬਹਿਣਾ ਔਖਾ ਹੋ ਜਾਂਦਾ। ਉਹਨੂੰ ਪੁੱਛ ਕੇ ਦੇਖੋ, ਫਕੀਰ ਨੇ ਫਰਮਾਇਆ, ਖੁਦ ਅੱਲਾ ਨੇ ਫਰਮਾਇਆ ਕਿ ਨਾ ਕਦੀ ਫਕੀਰ ਦਾ ਤਮਾਸ਼ਾ ਦੇਖੀਏ ਤੇ ਨਾ ਕਦੀ ਫਕੀਰ ਨੂੰ ਤਮਾਸ਼ਾ ਦੇਖੀਏ। ਜੁਦਾਈ ਬਹੁਤ ਮਹਿੰਗੀ ਚੀਜ਼ ਹੈ, ਕਿਉਂਕਿ ਜੁਦਾਈਆਂ ਦੇ ਟੁਕੜੇ ਸੁਣਾ ਮੇਰਾ ਦਿਲ ਵੀ ਚਾਹੁੰਦਾ ਮੇਰਾ ਦਿਲ ਵੀ ਚਾਹੁੰਦਾ ਦਿਲ ਵੀ ਚਾਹੁੰਦਾ
ਉਦੋਂ ਹੁੰਦੀ ਜਦੋਂ ਸੱਚਾ ਇਸ਼ਕ ਹੋ ਜਾਂਦਾ। ਬਹੁਤ ਮਹਿੰਗਾ ਇਸ਼ਕ ਹੈ ਜਿਹੜਾ ਫਕੀਰ ਦੇ ਨਾਲ ਕਰਨਾ, ਪੀਰ ਦੇ ਨਾਲ ਇਸ਼ਕ ਕਰਨਾ ਲੜਾਉਣਾ ਬਹੁਤ ਔਖਾ ਹੈ। ਇਹ ਨੁਸਰਤ ਫਤਿਹ ਖਾਨ ਸਾਹਿਬ ਖੁਦ ਅੱਲਾ ਨੇ ਫਰਮਾਇਆ ਕਿ ਜਿਹਨੂੰ ਯਾਦ ਕਰੀ ਉਹ ਵੀ ਤੁਹਾਨੂੰ ਯਾਦ ਕਰਦਾ। ਸੱਚਾ ਕੌਲ ਹੈ ਪਰਵਰਦਿਗਾਰ ਦਾ ਜ਼ਰੂਰ ਕਿ ਜਿਨਕੀ ਮਹਿਫਲ ਹੋ ਉਹ ਮਹਿਫਲ ਮੈਂ ਜ਼ਰੂਰ ਆਤੇ, ਪਤਾ ਨਹੀਂ ਕਿਸੇ ਕੇ ਭੇਸ ਮੈਂ ਆਤੇ ਜ਼ਰੂਰ ਹੈ। ਨਿਆਰਤ ਮਦੀਨੇ ਦੀ ਪਾਉਂਦੇ ਨੇ ਲੋਕੀ, ਨਿਆਰਤ ਮਦੀਨੇ ਦੀ ਪਾਉਂਦੇ ਨੇ ਲੋਕੀ। ਮੈਂ ਵੀ ਆਪਣਾ ਸੁੱਤੇ ਨਸੀਬੇ ਜਗਾਵਾਂ, ਮੈਂ ਵੀ ਆਪਣਾ ਸੁੱਤੇ ਨਸੀਬੇ ਜਗਾਵਾਂ। ਆਦਿਆਂ ਦੀ ਤੋਂ ਮਦੀਨੇ ਨੂੰ ਜਾਵਾਂ, ਕਮਲਾ ਕਰ ਛੱਡਿਆ, ਕਮਲਾ ਕਰ ਛੱਡਿਆ, ਕਮਲਾ ਕਰ ਛੱਡਿਆ, ਕਮਲਾ ਕਰ ਛੱਡਿਆ। ਅੱਜ ਦੀ ਘੜੀ ਬਹੁਤ ਕਰਮਾਂ ਵਾਲੀ, ਕਿਸੇ ਕੋਲ ਜਾ ਨਹੀਂ ਹੁੰਦਾ ਛੇਤੀ, ਸਮਾਂ ਨਹੀਂ ਰਹਿ ਗਿਆ ਬੰਦੇ ਕੋਲ। ਅੱਲਾ ਪਾਕ ਨੇ ਸਿਰਫ ਧਰਤੀ ਦੇ ਬੰਦਾ ਬਣਾਇਆ ਸੀ, ਬੰਦੇ ਨੇ ਆਪਣੀਆਂ ਚੀਜ਼ਾਂ ਬਣਾਈਆਂ ਦਾ ਇੰਨਾ ਇਸਤੇਮਾਲ ਕਰ ਦਿੱਤਾ ਹੈ ਕਿ ਬੰਦਗੀ ਵਾਸਤੇ ਵੀ ਸਮਾਂ ਨਹੀਂ ਰਹਿ ਗਿਆ। ਕੰਮ ਕਾਰ ਚੀਜ਼ ਬਸ ਸਭ ਕੁਛ ਅੱਲਾ ਕੇ ਬਾਜ਼ਾਰ ਮੇ ਦੌਲਤ ਹੀ ਚਲਦੀ। ਬੰਦਾ ਬਹੁਤ ਮਹਿੰਗੀ ਚੀਜ਼ ਬਣਾਇਆ ਖੁਦਾ ਨੇ। ਅੱਲਾ ਕਹਿੰਦਾ ਜੇ ਮੈਨੂੰ ਪਿਆਰ ਕਰਨਾ ਮੇਰੇ ਬੰਦਿਆਂ ਨੂੰ ਪਿਆਰ ਕਰ। ਉਹ ਸੱਚੀ ਮੁਹੱਬਤ ਰੱਬ ਦੀ, ਇੱਕ ਦੂਸਰੇ ਕੋਲ ਜਾਣ ਦਾ ਸਮਾਂ ਨਹੀਂ। ਪਰ ਅੱਜ ਦੀ ਘੜੀ ਏਡੀ ਕਰਮਾਂ ਵਾਲੀ ਮੁਬਾਰਕ ਆ, ਭਗਤ ਤਮਾਮ ਲੋਕ ਇਕੱਠੇ ਹੋ ਕੇ ਨੁਸਰਤ ਫਤਿਹ ਖਾਨ ਸਾਹਿਬ ਦੇ ਕਦਮਾਂ 'ਚ ਬੈਠੇ। ਬਹੁਤ ਤੁਸੀਂ ਇੱਥੇ ਮੇਰੇ ਪਾਪਾ ਜੀ ਗੱਲ ਕਰਦੇ ਸੀ, ਜਦੋਂ ਕਿਸੇ ਰੂਹ ਦੀ ਗੱਲ ਕੀਤੀ ਜਾਵੇ ਪਾਕ ਪਵਿੱਤਰ ਰੂਹ ਦੀ ਬਾਈਬਲ 'ਚ ਲਿਖਿਆ ਗ੍ਰੰਥ, ਉਸ ਰੂਹ ਨੂੰ ਆਵਾਜ਼ ਪੈਂਦੀ ਹੈ, ਰੱਬ ਕਹਿੰਦਾ ਦੇਖ ਤੇਰੀ ਨੀਚੇ ਸਿਫਤ ਹੋ ਰਹੀ ਹੈ, ਉਹਨੂੰ ਹੋਰ ਅੱਛੇ ਅਮਲ ਮਿਲਦੇ ਨੇ, ਹੋਰ ਅੱਛੀ ਉਹਦੀ ਇਜਾਦ ਹੁੰਦੀ ਹੈ। ਇਸ ਕਰਕੇ ਅੱਜ ਦੀ ਘੜੀ ਜਿਸ ਤਰ੍ਹਾਂ ਜਿਹੜੇ ਬਾਬਾ ਜੀ ਨੂੰ ਪਿਆਰ ਕਰਦੇ ਨਾਲ ਤਾੜੀ ਮਾਰ ਕੇ, ਨੁਸਰਤ ਖਾਨ ਸਾਹਿਬ ਬਾਬਾ ਜੀ ਆ ਫਕੀਰ ਲੋਕ ਪੀਰ ਜਿੰਦਾਬਾਦ ਆਏ ਨਾ ਕਰਿਆ, ਜਿੰਦਾਬਾਦ ਆਏ ਨਾ ਕਰਿਆ, ਜਿੰਦਾਬਾਦ ਆਏ ਨਾ ਕਰਿਆ, ਜਿੰਦਾਬਾਦ ਆਏ ਨਾ ਕਰਿਆ। ਆਖਰੀ ਅੰਤਰਾ ਕਿਹੜਾ ਹੈ? ਹੁਸਨ ਦੀ ਤਰੀਫ ਹੋਣ ਲੱਗੀ, ਮੁਹੰਮਦ ਮੁਸਤਫਾ ਦੇ ਹੁਸਨ ਦੀ ਤਰੀਫ, ਤੋਬਾ ਤੋਬਾ ਤੋਬਾ। ਅੱਲਾ ਦੀ ਬਣੀ ਚੀਜ਼ ਤੇ ਹਰ ਕੋਈ ਆਸ਼ਕ ਹੋ ਰਿਹਾ ਹੈ, ਹੋ ਹੀ ਜਾ ਰਿਹਾ ਹੈ। ਅੱਲਾ ਦੀ ਬਣੀ ਚੀਜ਼ ਤੇ ਹਰ ਕੋਈ ਆਸ਼ਕ ਹੋ ਹੀ ਜਾ ਰਿਹਾ ਹੈ, ਉਹ ਕਿਹੜਾ ਸ਼ਖਸ ਆ ਜਨਾਬ ਜੀ ਦੇ ਖੁਦਾ ਹੀ ਆਸ਼ਕ ਹੋ ਗਿਆ? ਉਹ ਪਾਕ ਮੁਹੰਮਦ ਮੁਸਤਫਾ ਹੈ। ਕੀ ਦੱਸਾਂ ਓ ਦੇ ਹੁਸਨ ਦੀਆਂ, ਕੀ ਦੱਸਾਂ ਓ ਦੇ ਹੁਸਨ ਦੀਆਂ, ਕੀ ਦੱਸਾਂ ਓ ਦੇ ਹੁਸਨ ਦੀਆਂ, ਥਾਂ ਥਾਂ ਤੇ ਤੁਮਾ ਪਈ।